ਯੋਗ ਬਾਬਾ ਜੀ ਦਰਸ਼ਨ ਸਿੰਘ ਸਾਹਿਬ ਬੋਰੀ ਵਾਲੇ, ਉਹ ਵੀ ਸਟੇਜ ਦੇ ਸੱਜੇ ਨੇ। ਸਮੁੱਚੇ ਜਥੇ ਵੱਲੋਂ ਮਹਾਂਪੁਰਖਾਂ ਨੂੰ ਸਟੇਜ ਤੇ ਆਉਣ ਤੇ ਜੀਓ ਆਇਆ। ਇਸੇ ਤਰ੍ਹਾਂ ਸਾਡੇ ਅਤਿ ਸਤਿਕਾਰਯੋਗ ਬਾਬਾ ਜੀ ਬਾਬਾ ਜਸਵੰਤ ਸਿੰਘ ਜੀ ਆਸਣਾ ਵਾਲੇ, ਉਹ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਆਏ ਨੇ, ਉਹਨਾਂ ਨੂੰ ਵੀ ਸਟੇਜ ਤੇ ਆਉਣ ਤੇ ਜੀਓ ਆਇਆ। ਇਸੇ ਤਰ੍ਹਾਂ ਹੁਣੇ ਆਪ ਜੀ ਗੁਰੂ ਕੀ ਸੰਗਤ ਦੇ ਦਰਮਿਆਨ ਹਾਜ਼ਰੀ ਲਵਾ ਕੇ ਗਏ ਨੇ ਗਿਆਨੀ ਤੇਜ ਵੀਰ ਸਿੰਘ ਜੀ, ਸ੍ਰੀ ਅਕਾਲ ਤਖਤ ਸਾਹਿਬ ਵਾਲੇ ਵਿਦਿਆਰਥੀ ਦਮਦਮੇ ਟਕਸਾਲ, ਉਹਨਾਂ ਦੇ ਨਾਲ ਸਾਡੇ ਮਿੱਤਰ ਗਿਆਨੀ ਗੁਰਲਾਲ ਸਿੰਘ ਜੀ ਨਗਰ ਵਲਟੋਆ, ਇਸੇ ਤਰ੍ਹਾਂ ਭਾਈ ਪਾਲੀ ਸਿੰਘ ਜੀ ਨਗਰ ਮੋਗਾ, ਸਾਡੇ ਪਰਮ ਮਿੱਤਰ ਵੀਰ ਭਲਵਾਨ ਸਿੰਘ ਜੀ ਉੱਘੇ ਨਗਰ ਤੋਂ, ਉਹ ਵੀ ਗਿਆਨੀ ਤੇਜ ਵੀਰ ਸਿੰਘ ਹੋਣਾ ਦੇ ਜਥੇ ਦੇ ਨਾਲ ਹਾਜ਼ਰੀ ਲਵਾ ਕੇ ਗਏ ਨੇ। ਗਿਆਨੀ ਮਿਲਖਾ ਸਿੰਘ ਜੀ ਮੌਜੀ ਸਾਹਿਬ ਦੇ ਸਮੁੱਚੇ ਜਥੇ ਵੱਲੋਂ ਬੇਅੰਤ ਮਾਇਆ ਰੂਪ ਵਿੱਚ ਮਾਣ ਆਇਆ, ਸਤਿਗੁਰੂ ਸਾਹਿਬ ਜੀ ਰਹਿਮਤਾਂ ਵਰਤਾਉਣ। ਸੋ ਹੁਣ ਆਪ ਜੀ ਕਰੋ ਕਿਰਪਾ, ਕੁੱਝ ਕਹਿਣ ਦੀ ਆਗਿਆ ਬਖਸ਼ੋ, ਕਿਉਂਕਿ ਮੇਰੀ ਫਿਤਰਤ ਨਹੀਂ ਇਹਨਾਂ ਗੱਲਾਂ